ਕੋਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਉਪਰਾਲੇ ਕੀਤੇ ਜਾ ਰਹੇ ਨੇ। ਲੋਕਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਕੋਰੋਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਸੰਪੂਰਨ ਅਤੇ ਸੁਚੱਜੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਰੂਪਨਗਰ ਜ਼ਿਲ੍ਹੇ ਵਿੱਚ ਸਿਹਤ ਕਰਮਚਾਰੀ ਘਰੋਂ ਘਰੀ ਜਾ ਕੇ ਕੋਵਿਡ-19 ਤੋਂ ਬਚਾਅ ਸੰਬੰਧੀ ਢੰਗ ਤਰੀਕੇ ਲੋਕਾਂ ਨੂੰ ਦੱਸ ਰਹੇ ਨੇ। ਜ਼ਿਲ੍ਹੇ ਦੇ ਸਿਵਲ ਸਰਜਨ ਦਵਿੰਦਰ ਕੁਮਾਰ ਸਮਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਇੱਕ ਜਾਗਰੂਕਤਾ ਵੈਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਨਾਲ ਹੀ ਵੱਖ-ਵੱਖ ਜਨਤਕ ਥਾਵਾਂ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਬਾਹਰ ਅਤੇ ਚੁਰਸਤਿਆਂ 'ਤੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਭਰਪੂਰ ਬੈਨਰ ਪੋਸਟਰ ਲਗਾਏ ਗਏ ਨੇ। ਇਹਨਾਂ ਬੈਨਰਾਂ ਵਿੱਚ ਸਮਝਾਇਆ ਗਿਆ ਹੈ ਕਿ ਮਾਸਕ ਲਗਾ ਕੇ ਹੀ ਘਰੋਂ ਬਾਹਰ ਨਿਕਲਿਆ ਜਾਵੇ, ਵਾਰ ਵਾਰ ਹੱਥ ਧੋਤੇ ਜਾਣ ਅਤੇ ਹੱਥ ਸਹੀ ਤਰੀਕੇ ਨਾਲ ਧੋਤੇ ਜਾਣ। ਇਸ ਤੋਂ ਇਲਾਵਾ 2 ਗਜ਼ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। ਜਿਹੜੇ ਸਾਡੇ ਵਰਕਰ ਹੈਗੇ ਆ ਗ੍ਰਾਸ ਰੂਟ ਲੈਵਲ ਦੇ ਉੱਤੇ, ਜਿਹੜੇ ਜਿਸ ਤਰ੍ਹਾਂ ANM ਹੈਗੇ ਆ, ਆਸ਼ਾ ਵਰਕਰ ਹੈਗੇ ਆ, ਮੇਲ ਵਰਕਰ ਹੈਗੇ ਆ, ਅਸੀਂ ਉਹਨਾਂ ਨੂੰ ਹਦਾਇਤਾਂ ਕੀਤੀਆਂ ਹੈਗੀਆਂ, ਉਹ ਘਰ ਘਰ ਜਾਂਦੇ ਹੈਗੇ ਆ, ਨਾਲੇ ਤਾਂ ਸੈਂਪਲਿੰਗ ਵਾਸਤੇ ਕਹਿ ਰਹੇ ਹੈਗੇ ਪਬਲਿਕ ਨੂੰ, ਨਾਲੇ ਉਹਨਾਂ ਨੂੰ ਇਹੀ ਹਦਾਇਤਾਂ ਕਰ ਰਹੇ ਹੈਗੇ ਆ ਵੀ ਤੁਸੀਂ ਘਰੋਂ ਜਦੋਂ ਜਦ ਜਾਣਾ ਹੈਗਾ ਮਾਸਕ ਪਹਿਨ ਕੇ ਜਾਓ, ਹੱਥ ਵਾਰ ਵਾਰ ਧੋਵੋ, ਸੋਸ਼ਲ ਡਿਸਟੈਂਸ ਜਿਹੜੀ ਮੇਨਟੇਨ ਕਰੋ। ਇਹੀ ਸਾਡੀ ਜਿਹੜਾ ਮੇਨ ਜਿਹੜਾ ਟਾਰਗੇਟ ਹੈਗਾ ਜਾਂ ਮੇਨ ਸਾਡਾ ਏਮ ਹੈਗਾ, ਇਹਦੇ ਨਾਲ ਹੀ ਅਸੀਂ 3 ਚੀਜ਼ਾਂ 'ਤੇ ਕਰੋਨਾ ਤੋਂ ਕੰਟਰੋਲ ਕੀਤਾ ਜਾ। ਰੂਪਨਗਰ ਦੀ ਇੱਕ ਗ੍ਰਹਿਣੀ ਪ੍ਰਵਿੰਦਰ ਕੌਰ ਨੇ ਕਿਹਾ ਕਿ ਇਸ ਵਕਤ ਕੋਵਿਡ-19 ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਮੁਹਿੰਮ ਦਾ ਅਸਰ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਨੂੰ ਇਸ ਮਾਰੂ ਬਿਮਾਰੀ ਬਾਰੇ ਪਤਾ ਲੱਗਣ ਤੋਂ ਇਲਾਵਾ ਬਚਾਅ ਦੇ ਸਹੀ ਢੰਗ ਤਰੀਕੇ ਵੀ ਪਤਾ ਲੱਗ ਰਹੇ ਨੇ। ਇਸੇ ਤਰ੍ਹਾਂ ਇੱਕ ਵਿਦਿਆਰਥੀ ਕਮਲ ਸਿੰਘ ਨੇ ਕਿਹਾ ਕਿ ਉਹ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਵੱਧ ਤੋਂ ਵੱਧ ਪਾਲਣਾ ਕਰਦੇ ਨੇ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਦੇ ਨੇ। ਉਹਨਾਂ ਕਿਹਾ ਕਿ ਬਚਾਅ ਦੇ ਢੰਗ ਤਰੀਕੇ ਅਤੇ ਸਾਵਧਾਨੀਆਂ ਵਰਤ ਕੇ ਕੋਵਿਡ-19 ਤੋਂ ਬਚਿਆ ਜਾ ਸਕਦਾ ਹੈ। ਸਰਕਾਰ ਵੱਲੋਂ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਦੇ ਪ੍ਰਤੀ ਜੋ ਜਾਗਰੂਕਤਾ ਫੈਲਾਈ ਜਾ ਰਹੀ ਹੈ ਉਹ ਬਹੁਤ ਵਧੀਆ ਉਪਰਾਲਾ ਹੈ ਕਿ ਕਿਵੇਂ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਹੱਥ ਸਾਫ਼ ਰੱਖਣੇ ਚਾਹੀਦੇ ਹਨ, ਵਾਰ ਵਾਰ ਸਾਬਣ ਨਾਲ ਧੋ ਕੇ ਜਾਂ ਸੈਨੇਟਾਈਜ਼ ਕਰਕੇ, ਘਰ ਤੋਂ ਬਾਹਰ ਜਾਣ ਲੱਗੇ ਜਦੋਂ ਅਸੀਂ ਜਾਣਾ ਮਾਸਕ ਪਹਿਨ ਕੇ ਜਾਣਾ ਅਤੇ ਲੋਕ ਇਸ ਪ੍ਰਤੀ